ਚਾਚਾ ਤੇਰੇ ਚ ਤਾਂ ਮੈਨੂੰ ਨਿਰਾਲਾ ਬਾਬਾ ਜੀ ਦਾ ਭੈਣ ਦੀ ਤੇਰੀ ਦੀ ਹਟਦਾ ਨੀ ਹੈਗਾ ਮੇਰਾ ਵੀ ਨਸ਼ਾ ਲਾਤਾ ਮੇਰੇ ਸਾਲੇ ਨੇ ਲੈਂਦਾ ਕਹਿੰਦਾ ਜੱਫੀ ਪਾ ਲੈਂਦਾ ਲੈਂਦਾ ਜੱਫੀ ਪਾ ਲੈਂਦਾ ਕੋਈ ਚਾਚੇ ਲੈ ਜੂ ਮੁਰਗੀ ਨੂੰ ਜਾਲ ਫਸਾਉਣ ਵਾਸਤੇ ਦਾਣਾ ਦੂਣਾ ਪਾਉਣਾ ਪੈਂਦਾ ਬਣਾ ਮੋਟਾ ਉਹ ਪਾਪੇ ਤੋਂ ਟਿਕ ਜਾ ਉਹ ਕਾਹਨੂੰ ਇਹੋ ਜਿਹੇ ਫਾਨੇ ਕਰਦਾ ਬਦਨਾਮੀ ਵਾਲੀ ਹੋਊਗੀ ਤੈਨੂੰ ਮੈਂ ਦੱਸਤੀ ਗੱਲ ਚਾਵਲ ਮਾਰ ਇਹਦਾ ਗੱਲ ਮਾਮਿਆਂ ਤੱਕ ਜਦੋਂ ਤੈਨੂੰ ਦੱਸਤੀ ਚੁੱਪ ਕਰ ਜਾ ਰੋਟੀ ਖਾ ਲੈ ਭਾਈ ਮੰਮੀ ਤੁਸੀਂ ਚਾਚਾ ਜੀ ਨਾਲ ਗੱਡੀ ਆਪਣੇ ਪਿੰਡ ਦੀ ਖਰੀਦੀ ਹਾਂ ਰਾਮ ਸਰੂਪ ਚਾਚਾ ਆਇਆ ਸੀ ਰਾਮ ਸਰੂਪ ਕਿਹੜਾ ਆਪਣਾ ਚਾਚਾ ਹੋਰ ਕੌਣ ਉਹਦੇ ਨਾਲ ਕਿਉਂ ਭੇਜੀ ਆ ਚੱਲ ਫਿਰ ਕੀ ਹੋ ਗਏ ਜੇ ਬਾਗੀ ਯਾਰ ਹੈ ਸਰਕਾਰੀ ਮੜਾ ਮੋਟਾ ਪੈਸਾ ਘਰੇ ਆਉਂਦਾ ਹੋਜੂ ਹੈ ਓ ਯਾਰ ਪਾਪਾ ਤੁਸੀਂ ਕਰੀ ਕੀ ਜਾਂਦੇ ਹੋ ਤੂੰ ਉਧਰ ਧੱਕੇ ਦੇ ਖਾਏ ਉਹਨਾਂ ਨੂੰ ਤੂੰ ਰਾਮ ਸਰੂਪ ਨਾਲ ਚਾਰ ਤਾਂ ਮੈਂ ਵਰਤ ਵੀ ਨਹੀਂ ਕਰਦੇ ਨਹੀਂ ਥੋੜਾ ਕੁਝ ਹੋਇਆ ਮੋਟਰ ਤੇ ਫੁੱਫੜ ਤੋਂ ਪੁੱਛ ਕੇ ਦੇਖ ਮੇਰਾ ਸਾਰਾ ਨਰਮਾ ਵਿੱਚ ਦੀ ਕੜੀ ਸਾਦੀ ਜੇ ਕੋਈ ਰਿਸ਼ਤੇਦਾਰ ਲਵੇ ਲੱਗਦਾ ਲਾ ਲੈ ਕਰੋ ਮੜਾ ਮੋਟਾ ਨੂੰ 15 ਲੱਖ ਰੁਪਏ ਦੇਣਾ ਆਪਾਂ ਨੇ ਜੇ ਐ ਗੁੱਸੇ ਨਾਲ ਤਾਂ ਉਹਦੀ ਕਦੋਂ ਧਾਰ ਇੱਥੇ 15 ਲੱਖ ਕਿਵੇਂ ਦੇ ਦੇਗਾ 15 ਲੱਖ ਤੂੰ ਫਿਰ ਹੁਣ ਆਇਆ ਤੂੰ ਉਹਨੂੰ ਕਦੋਂ ਤੋਰਿਆ ਨਾਲ ਜਾਂ ਤੂੰ ਵਗ ਜਾਂਦਾ ਨਾਲ ਕੱਲੀ ਬੁੜੀ ਮੈਂ ਉੱਥੇ ਜਾ ਕੇ ਕੀ ਕਰੂੰ ਭਲਾ ਇੱਲੋ ਤਾਂ ਕੁੱਕੜ ਮੈਨੂੰ ਆਉਂਦਾ ਨਹੀਂ ਮੈਂ ਕੀ ਕਰੂੰ ਉੱਥੇ ਹੈ ਕੀ ਲਵਾ ਦੂੰਗਾ ਉਹ ਤੇਰੀ ਕੀ ਲਵਾਊਗਾ ਉਹ ਓਏ ਨਾਲ ਸਕਦਾ ਮੋਦੀ ਵਾਲੇ ਪੈਸੇ ਆਉਣ ਲੱਗ ਰੂਆ ਇਹਦੇ ਖਾਤੇ ਦੇ ਵਿੱਚ ਹੈ ਨਾਲੇ ਇਹਦੀ ਬੜਾਪਾ ਪੈਨਸ਼ਨ ਲੱਗ ਜੂਗੀ ਨਾ ਕਿਤੇ ਸਾਨੂੰ ਟੈਂਕ ਨਾ ਦਵਾ ਦੇ ਭੈਣ ਚਰ ਦਿਆ ਮੜਾ ਮੋਟਾ ਲਵਾਓ ਸੋ ਚੁੱਲੇ ਦਾ ਖਰਚਾ ਤਾਂ ਚੱਲੂਗਾ ਹੈ ਜਿਹੜਾ 2-3 ਹਜ਼ਾਰ ਉਹਨੂੰ ਕੋਈ ਲੋੜ ਨਹੀਂ ਫੋਨ ਕਰਕੇ ਬੁਲਾ ਉਹਨੂੰ ਕਿਧਰੇ ਨੂੰ ਕੁਛ ਨਹੀਂ ਹੁੰਦਾ ਹੈਗਾ ਮੇਰੇ ਸਾਲ ਮੜਾ ਮੋਟਾ ਕੀ ਦਕੀ ਨਹੀਂ ਹੋ ਗਿਆ ਬੇਬੀ ਕੋਲ 4 ਪੈਸੇ ਆ ਜਾਣਗੇ ਫਿਰ ਕੀ ਹੋ ਗਿਆ ਮੇਰੇ ਸਾਲ ਹੋਰ ਨਾ ਕਿਤੇ ਤੁਸੀਂ ਚਵਾਰਾ ਆਪਣਾ ਜਾਣ ਨਾ ਜਾ ਭੱਜ ਅੰਦਰ ਜਾ ਭਾਈ ਜਾਂਦਾ ਭਾਈ ਤਾਂ ਉਹ ਇਹਦਾ ਗੁੱਸਾ ਨਾ ਕਰਿਆ ਕਰ ਭਾਈ ਗੱਲ ਤੁਸੀਂ ਤਾਂ ਘਰ ਜਾਣਗੇ ਤੂੰ ਉਧਰ ਨਿਕਲ ਜਾ ਕਰੀ ਉਹ ਰਾਮ ਸਰੂਪ ਨਾਲ ਵਗ ਜਾ ਕਰੂ ਖਾਸ ਨਾਲ ਲੋਕਾਂ ਨੂੰ ਸੁਣਾ ਦੇ ਲੋਕਾਂ ਨੂੰ ਸੁਣਾ ਦੇ ਮੈਂ ਤੈਨੂੰ ਸਹੀ ਦੀ ਸਹੀ ਦੀ ਕਹੀ ਨਾ ਮਾਂ ਤੂੰ ਮੇਰੀ ਗੱਲ ਸੁਣ ਲੈ ਤੂੰ ਤਾਂ ਕਹਿੰਦਾ ਵਰਤ ਨਹੀਂ ਰਾਮ ਸਰੂਪ ਮੈਨੂੰ ਤਾਂ ਯਾਰ ਬਿਓ ਵਰਗ ਲੱਗਦਾ ਅੱਜ ਤੋਂ ਬਾਅਦ ਧਾਗਾ ਤੜਕੇ ਨਾ ਕਰੇ ਅੱਜ ਲੱਤ ਤੁੜੂਦੀ ਮੈਂ ਜਮਾ ਨਹੀਂ ਕਰੇ ਉਹਦਾ 15 ਲੱਖ ਦੇ ਦੇ ਫਿਰ ਉਹਦਾ ਦੇ ਦਾਂਗੇ ਯਾਰ 15 ਲੱਖ ਜਿਹੜਾ ਤੂੰ ਖੂਹਾ ਤੇ ਸਿੱਟ ਕੇ ਪਤਾ ਹੈ ਬਾਬਾ ਖੂਹਾ ਤੇ ਮੈਂ ਪਾਇਆ ਸੀ ਉਹ ਤਾਂ ਕਹਿੰਦਾ ਬੱਬੂ ਮੁੜਿਆ ਮੁੜਿਆ ਨਾਲੇ ਹੋਰ ਚੱਜ ਦੇ ਕੰਮ ਕਰਕੇ ਜਾਂਦਾ ਕਹਿੰਦਾ ਜਦੋਂ ਹੁਣ ਇੱਥੇ ਹੋਰ ਸਕੀਮਾਂ ਲਾਈ ਜਾਂਦਾ ਫਲਾਣੇ ਨੂੰ ਐਂ ਕਰਕੇ ਐਂ ਪੈਸੇ ਕਮਾ ਲੂ ਮੇਰੀ ਗੱਲ ਸੁਣ ਲੈ ਜਿਹੜੀ ਹੋਈ ਖਰੀਦੀ ਨਿਕਲ ਗਈ 15 ਲੱਖ ਦਾ ਕੰਮ ਆ ਪੁੱਤ ਮੇਰਿਆ ਤੂੰ ਆਪ ਦੇਖ ਲੈ ਨਾਲ ਤਾਂ 15 ਲੱਖ ਉਹ ਉਤਰ ਜੂਗਾ ਸਰਾਮ ਸਰੂਪ ਦਾ ਨਾਲੇ ਤੇਰੇ ਫੁੱਫੜ ਦੇ ਉਤਰ ਜਾਣਗੇ ਸਾਰੇ ਪੈਸੇ ਨਾਲੇ ਵੱਡੀ ਕੋਠੀ ਪਾ ਲਿਓ ਪੁੱਤ ਉਹ ਕੋਠ ਦੇ ਲਿਜੀ ਬਿਠਾਲੇ ਉੱਤੇ ਹੈ ਪਾਪੇ ਤੂੰ ਚੁੱਪ ਕਰ ਜਾ ਤੈਨੂੰ ਹੁਣ ਲਿਆ ਦੂੰਗਾ ਗੋਪੀ ਬਹੂ ਬਿਠਾ ਲਈ ਲਾ ਬਣਿਆ ਫਿਰਦਾ ਇੱਥੇ ਤੀਵੀਂ ਬਾਜ ਵੱਡਾ ਉਹ ਯਾਰ ਇਹਨਾਂ ਦੇ ਆਪਦੇ ਬਾਥਰੂਮ ਨਹੀਂ ਹੈਗਾ ਆਪਣੇ ਘਰੇ ਮੁੱਕੀ ਜਾਂਦੇ ਨੇ ਇੱਥੇ ਕੋਈ ਉਹ ਮਸ਼ੀਨ ਦੀ ਚਲਾ ਰੱਖਿਆ ਬੰਦ ਹੋ ਗਿਆ ਕਿ ਬਈ ਜੀ ਆ ਗਿਆ ਫਿਰ ਕੀ ਹੋ ਗਿਆ ਗਵਾਂਢੀ ਦਾ ਕੀ ਸੁੱਖ ਹੁੰਦਾ ਹੈ ਮੈਂ ਗੱਲ ਸੁਣ ਠੱਡੇ ਮੈਂ ਤੇਰੇ ਸੋਚੀ ਪੁੱਤ ਕਹਾਂ ਗੱਲ ਕਰ ਲਈ ਨਾ ਤੇਰੀ ਬਹੂ ਕੋਲੇ ਗੱਲ ਕਰੀ ਨਾ ਕਿਤੇ ਹੋਰ ਕੋਲੇ ਗੱਲ ਕਰੀ ਹੈ ਪਾਪੇ ਕੀਰਾ ਪੱਤ ਕੀਰਾ ਠੰਡਾ ਕੀਰਾ ਜ਼ਮੀਨ ਨੌਕਰਾ ਕੇ ਆਪਾਂ
ਉਦੋਂ ਬਾਅਦ ਚਾਰ ਮਾਰਾਂ ਘੌਂਸਲੇ ਖੋਲ੍ਹ ਕੇ ਪਸਲੀ ਤੋਂ ਕੀ ਲੈਣਾ, ਮੋਹ ਮੁਹੱਬਤ ਤੇਰੀ ਮਾਂ ਨਾਲ ਹੈ ਮੇਰੀ, ਹੋ ਤੇਰੇ ਨਾਲ ਹੈ। ਉਹਦੀ ਕੁੜੀ ਜੀ ਕਿੰਨੇ ਸਾਲਾਂ ਦੀ ਆ? ਉਹ ਤਾਂ ਹੋਈ ਖੜੀ ਆ 22-23 ਸਾਲ ਦੀ ਹੋਊਗੀ। ਕਿੱਥੇ ਪੜ੍ਹਦੀ ਆ ਉਹ? ਮੈਨੂੰ ਵੀ ਤਾਂ ਕਿੱਥੇ ਪੜ੍ਹਦੀ ਆ ਉਹ, ਮੈਂ ਤਾਂ ਤੈਨੂੰ ਐਂ ਕਹਿਣਾ ਕੋਈ ਕਰਕੇ ਹੇਠ ਉੱਤਾ ਜਾ, 8-10 ਲੱਖ ਲੱਗੂ ਉਹਦੇ ਵਿਆਹ 'ਤੇ ਲਾ ਕੇ ਪਰਾਂ ਟਪਾ ਦਾਂਗੇ ਡਿੱਬੀ ਉਹਨੂੰ, ਮੁੜ ਕੇ ਇੱਥੇ ਤੂੰ ਰਾਜਾ ਹੋਣੀ ਆ ਕਰੇ, ਕੰਘਾ 800 'ਚ ਮਜ਼ਾ ਚਲਾਇਆ ਕਰੇਗਾ ਉੱਤੇ ਵੱਡਾ ਡੈਕ ਲਵਾ ਲਈ ਹੈ। ਆਪੇ ਤਾਂ ਕੀ ਲੈਣਾ ਉਹ ਇਹੋ ਜਿਹੇ ਕੰਮਾਂ ਨੂੰ, ਤੂੰ ਟਲ ਜਾ ਤੂੰ ਦੇਖ, ਤੈਨੂੰ ਐ ਪਤਾ ਬਦਨਾਮੀ ਪਤਾ ਕਿੱਡੀ ਐਡੀ ਜੀ ਭੈਣ ਜੀ, ਸਾਨੂੰ ਇੱਥੇ ਸੱਥ 'ਚ ਕਿਹਾ ਕਰਦੇ ਤੇਰੇ ਭਾਪੇ ਨੇ ਦੂਜਾ ਵਿਆਹ ਕਰਾ ਲਿਆ, ਜਦੋਂ ਸਾਨੂੰ ਦੇ ਦੇ ਕੁਛ ਫੇਰ ਕਰਾ ਲਈ ਪਾਈ ਗਈ ਬਾਗੀ ਇੱਥੇ ਪਟਿਆਲੇ ਦੇ ਰਾਜੇ ਨੇ ਕਰਾ ਰੱਖਿਆ ਬਾਹਰ, ਤੂੰ ਮਹਾਰਾਜਾ ਪਟਿਆਲਾ ਉਹੀ ਹੁਣ ਕਰਾ ਦੂੰ ਤੇਰਾ ਡੋਲਾ ਮੈਂ ਵਿਆਹ, ਵਿਆਹ ਲਾਈ ਯਾਰ ਰਹੀ ਮਾਂ ਦੇ ਕੱਲ ਮਰੇ ਤੇਰੀ ਦੇ ਚੁੱਪ ਕਰ ਜਾ, ਤੂੰ ਲੋਕਾਂ ਨੂੰ ਸੁਣਾਉਣਾ ਹੈ ਹੈ, ਕਿਉਂ ਸੁਣਾਉਣਾ ਲੋਕਾਂ ਨੂੰ ਭਾਪੇ ਯਾਰ, ਸਾਨੂੰ ਵਗ ਜਾਣ ਦੇ ਕਿਤੋਂ ਘਰੋਂ, ਫੇਰ ਆਪਦਾ ਕਰਾ ਲਈ ਤੂੰ ਵਿਆਹ, ਭਾਵੇਂ ਤਿੰਨ ਕਰਾ ਲਈ, ਇੱਕ ਲਿਆਇਆ ਤੇ ਇੱਕ ਪਾੜਿਆ ਕੇ, ਭਲਾ ਉਮਰ ਦੇ ਵਿੱਚ ਮੇਰਾ ਕੋਈ ਵਿਆਹ ਕਰਾਉਣ ਜੀ ਕਰਦਾ ਹੈ, ਇਹਦਾ ਮੁੰਡੇ ਖੁੰਡੇ ਦੇ ਕੰਮ ਹੁੰਦੇ ਨੇ ਵਿਆਹ ਕਰਾਉਣਾ, ਫਿਰ ਮੇਰੇ ਸਾਲ ਜੀ ਕੋਈ ਠੱਗੀ ਲਾ ਲਓ ਉਹਨਾਂ ਨਾਲ, ਵਿਆਹ ਕਰਾ ਕੇ ਜ਼ਰੂਰੀ ਲੱਗੂ, ਠੱਗੀ ਹੋਈ ਹੋ ਗਈ ਅਗਲੀ ਕੰਨਿਆ ਡੋਬੇਗਾ ਕਿਸੇ ਦੀ, ਇੱਕ ਨੰਬਰ ਦਾ ਕੰਮ ਹੈ ਕੰਚਰ ਗਿਆ ਜਮਾ ਇੱਕ ਨੰਬਰ ਦਾ, ਮੇਰੇ ਸਾਲ ਦਾ ਹੱਸਾ ਪਤਾ ਨਹੀਂ ਰੂਮਾ ਮੈਨੂੰ ਤਾਂ ਆਸਾ ਬੰਦੂਗਾ, ਤੂੰ ਐਂ ਦੱਸ ਤੈਨੂੰ ਤੈਨੂੰ ਘਾਟਾ ਕਿਹੜੀ ਗੱਲ ਦਾ, ਤੂੰ ਮਾੜੇ ਮੋਟੇ ਕੌੜਾ ਘੁੱਟ ਭਰ ਕੇ ਅੰਦਰ ਹਾਜ਼ਮ ਕਰ ਲੈ ਗੱਲ ਨੂੰ, ਕੁਛ ਨਹੀਂ ਕਰਨਾ ਪੁੱਤ, ਜੇ ਮੈਂ ਠੱਗੀਆਂ ਕਰਨੀਆਂ ਬੇਈਮਾਨੀਆਂ ਕਰਦੀਆਂ ਹੁੰਦੇ ਲੋਕਾਂ ਵਾਂਗੂ, ਮੈਂ ਤੈਨੂੰ ਦੱਸਦਾ, ਮੈਂ ਪਹਿਲਾਂ ਮੈਂ ਤੇਰੇ ਨਾਲ ਰਾਏ ਕੀਤੀ ਹੈ, ਪਹਿਲਾਂ ਮੈਂ ਤੈਨੂੰ ਮਨਾਊਂਗਾ, ਫਿਰ ਹਾਲੇ ਉੱਧਰ ਗੱਲਬਾਤ ਹੋਰ ਕੋਈ ਜਾ ਰਹੀ, ਉਹੀ ਗੱਲਾਂ ਕਰੀ ਜਾਂਦੀ ਮੈਂ ਤੈਨੂੰ, ਫਿਰ ਕਹੀ ਨਾ ਬਿੱਲੀ ਇਹ ਕੋਈ ਉਹ ਸਤਿਗੁਰ ਦਾ ਚਾਂਸ ਦਿੱਤਾ ਹੋਇਆ ਉਹਦਾ ਕਰਤਾਰ ਦਾ ਇਸ਼ਾਰਾ ਹੁੰਦਾ ਕੋਈ ਪਰਪਰਤਕਾਰ ਦਾ ਹੈਂ, ਪਾਪੀ ਯਾਰ ਮੈਂ ਤੇਰੇ ਮੂਹਰੇ ਵਾਰ ਵਾਰ ਹੱਥ ਬੰਨੀ ਇਹਨਾਂ ਤੂੰ ਰਹਿਣ ਦੇ, ਕਿਉਂ ਰਿਸ਼ਤੇਦਾਰੀਆਂ 'ਚ ਜਾਊਗੀ ਗੱਲ, ਇੱਥੇ ਸੋਹਣਾ ਲੱਗੇਗਾ, ਸਤਿਗੁਰ ਦਾ ਦਿੱਤਾ ਹੋਇਆ ਨਾਲੇ ਇਹੋ ਚਾਂਸ ਨਾਲੇ ਫਲਾਣਾ ਵੱਜਦਾ ਫਿਰ ਤੂੰ ਦੇ ਯਾਰ 1000 ਰੁਪਇਆ, ਮੈਨੂੰ ਐ ਦੱਸ ਜਿਹਦੇ ਤੂੰ ਲੋੜੀ ਦੇ ਪੈਸੇ ਖਰਚ ਕਰ ਜਾਂਦੇ ਆਪਣੇ ਵਰਤਵਾਰਾ ਹੈਗਾ ਆਪਣੇ, ਜਿੰਨੇ ਦੇ ਤੂੰ 1000 ਰੁਪਇਆ ਦੇ ਕੇ ਉਹਨਾਂ ਦੇ ਵਰਤਵਾਰਾ ਹੈਗਾ ਆਪਣੇ, ਤੂੰ ਨਾ ਕਿਹੜਾ ਛੱਡੀ ਪਾਊ ਸਾਹਮਣੇ ਬੋਲੀ ਜਾਣੇ ਵਰਤ ਲਿਆ ਕਰਦੇ ਕਿਸੇ ਨਾਲ, ਹਾਂ ਵਿਚਾਰਾ ਹੋਦ ਹੀ ਆ ਜਾਂਦਾ ਜਦੋਂ ਫੋਨ ਮਾਰਦੇ ਆ, ਬਾਲਾ ਸਾਗਰ ਨਾ ਦਿਓ ਭਾਈ 100-100 ਰੁਪਏ ਦੇ ਦਿਓ, ਕਦੇ ਹੋਸ਼ ਪਣੇ ਚ 1000-1000 ਬਣਾਇਓ।
ਠੀਕ ਹੈ ਪਾਪਾ ਜੀ। ਕਿੰਨੇ ਟਾਈਮ ਤੋਂ ਜਾਂਦੀ ਆ ਹਰਮਨ ਨੂੰ? ਦੀਦੀ ਬਸ ਜ਼ਿਆਦਾ ਟਾਈਮ ਨਹੀਂ ਹੋਇਆ, 2 ਕੁ ਮਹੀਨੇ ਹੋਏ ਨੇ। ਅੱਛਾ, ਹਰਮਨ ਦੇ ਭੂਆ ਦਾ ਵਿਆਹ 2 ਕੁ ਮਹੀਨੇ ਪਹਿਲਾਂ ਹੋਇਆ? ਲੈ ਦੀਦੀ, ਤੁਹਾਡੇ ਮੰਮੀ ਡੈਡੀ ਬਾਰੇ ਤਾਂ ਤੁਹਾਨੂੰ ਪਤਾ ਹੋਊਗਾ ਵੀ ਉਹਨਾਂ ਦਾ ਵਿਆਹ ਕਦੋਂ ਹੋਇਆ ਸੀ। ਮੇਰੇ ਮੰਮੀ ਡੈਡੀ ਬਾਰੇ ਤਾਂ ਮੈਨੂੰ ਹੀ ਪਤਾ ਵੀ ਉਹਨਾਂ ਦਾ ਵਿਆਹ ਕਦੋਂ ਹੋਇਆ ਸੀ, ਮੈਂ ਤੈਨੂੰ ਪੁੱਛਦੀ ਹਾਂ ਵੀ ਤੇਰੀ ਮੰਮੀ ਦਾ ਵਿਆਹ ਕਦੋਂ ਹੋਇਆ ਸੀ? ਉਹ ਤਾਂ ਦੀਦੀ ਮੈਨੂੰ ਪਤਾ ਵੀ ਹਾਂ 95 'ਚ ਹੋਇਆ ਸੀ ਮੇਰੀ ਮੰਮੀ ਦਾ ਵਿਆਹ, ਮੈਂ ਤਾਂ ਤੁਹਾਨੂੰ ਪੁੱਛਦੀ ਹਾਂ। ਨਾ, ਹਰਮਨ ਨੂੰ ਤਾਂ 2 ਮਹੀਨੇ ਦੀ ਜਾਣਨ ਲੱਗੀਆਂ ਉਹਦੀ ਭੂਆ ਦੀ ਕੁੜੀ ਹੋ ਕੇ ਵੀ। ਹਾਏ ਹਾਏ ਦੀਦੀ, ਮੈਂ ਉਹਦੀ ਭੂਆ ਦੀ ਕੁੜੀ ਕਿੱਥੇ ਹਾਂ? ਭੂਆ ਦੀ ਕੁੜੀ ਤਾਂ ਤੁਸੀਂ ਹੋ। ਨਾਲੇ ਮੇਰੀ ਗੱਲ ਸੁਣਿਓ ਦੀਦੀ, ਪਲੀਜ਼ ਤੁਸੀਂ ਘਰੇ ਨਾ ਦੱਸਿਓ, ਨਾਲੇ ਨਾ ਮੈਂ ਤੁਹਾਡੇ ਵੀਰੇ ਨੂੰ ਹਰਮਨ ਨੂੰ ਵੀ ਕਹਿ ਦੂੰਗੀ ਵੀ ਹਲੇ ਆਪਾਂ ਨਾ ਮਿਲਿਆ ਨਹੀਂ ਕਰਦੇ। ਮੈਂ ਤਾਂ ਚਪੇੜੇ ਨਾ ਖਾ ਲਈ, ਮੈਂ ਤੈਨੂੰ ਪਿਆਰ ਨਾਲ ਕਹੀ ਜਾਂਦੀ ਹਾਂ, ਕਿਹੜਾ ਵੀਰਾ, ਕਦੋਂ ਤੂੰ ਮੈਨੂੰ ਵੇਖਿਆ ਅਗਰ ਰੱਖੜੀ ਬੰਨ੍ਹਦੀ ਨੂੰ? ਦੀਦੀ ਤੁਸੀਂ ਗੁੱਸਾ ਕਾਹਤੋਂ ਕਰਦੇ ਹੋ? ਮੇਰਾ ਤਾਂ ਤੇਰਾ ਲੱਗਦਾ। ਲੈ ਦੱਸ, ਮੈਂ ਕਹੀ ਜਾਂਦੀ ਮੇਰਾ ਵੀਰਾ ਕਿੱਥੋਂ ਲੱਗਦਾ, ਤੇਰਾ ਵੀਰਾ ਲੱਗਦਾ। ਮੈਂ ਨਾ ਤੇਰੇ ਨਾਲ ਪਿਆਰ ਨਾਲ ਗੱਲ ਕਰੀ ਜਾਂਦੀ ਹਾਂ, ਪਿਆਰ ਨਾਲ ਕਰੀ ਜਾਂਦੀ ਹਾਂ, ਐਵੇਂ ਮੇਰੇ ਤੋਂ ਉਹਦੀ ਗੁੱਤਰੀ ਜੀ ਨਾ ਪਟਾਕੇ ਪਿਆ ਜੀ। ਲੈ ਹੱਦ ਹੋ ਗਈ, ਮੈਂ ਤੈਨੂੰ ਆਪ ਕਹੀ ਜਾਂਦੀ ਵੀ ਤੂੰ ਉਹਦੀ ਭੂਆ ਦੀ ਕੁੜੀ, ਮੈਨੂੰ ਹਰਮਨ ਨੇ ਆਪ ਦੱਸਿਆ, ਹਰਮਨ ਮੈਨੂੰ ਝੂਠ ਨਹੀਂ ਬੋਲ ਸਕਦਾ। ਮੈਨੂੰ ਲੱਗਦਾ ਤੂੰ ਐਂ ਲੋਟ ਹੀ ਨਹੀਂ ਉਹਨਾਂ ਖਾਏਗੀ ਮੇਰੇ ਤੋਂ ਦੋ ਕੁ ਚੀਜ਼ਾਂ। ਦੇਖੀ ਦੀਦੀ, ਤੁਸੀਂ ਗੁੱਸਾ ਕਰੀ ਜਾਂਦੇ ਹੋ, ਮੈਂ ਸੱਚੀ ਕਹਿ ਰਹੀ ਹਾਂ, ਤੁਸੀਂ ਮੰਨਦੇ ਕਿਉਂ ਨਹੀਂ ਹੈਗੇ? 15 ਮਿੰਟ ਹੋ ਗਏ ਮੈਨੂੰ ਤੇਰੇ ਕੋਲ ਬੇਟੀ ਨੂੰ ਵੀਰਾ ਵੀਰਾ ਲਾਈ ਆ ਤੂੰ ਆਪਦੇ ਮੂੰਹ 'ਚੋਂ। ਲੈ ਹੱਦ ਹੋ ਗਈ, ਇਹ ਵੀ ਕੋਈ ਬਦਤਮੀਜ਼ ਦੀ ਹੱਦ ਹੁੰਦੀ ਹੈ, ਮੈਂ ਪਿਆਰ ਨਾਲ ਗੱਲ ਕਰੀ ਤੂੰ ਮੇਰੇ ਸਿਰੇ ਸਿਰ ਚੜੀ ਜਾਂਦੀ ਆ, ਜੇ ਤੂੰ ਮੇਰੀ ਗੁੱਤ ਪੱਟੇਗੀ ਨਾ ਜੁੰਡੇ ਜੇ ਤੂੰ ਵੀ ਪਟਾਕੇ ਜਾਏਂਗੀ। ਮੈਂ ਨਾ ਪਿਆਰ ਨਾਲ ਹੀ ਪੁੱਛਣ ਆਈ ਸੀ ਤੈਨੂੰ, ਪਰ ਜਿਹੜੇ ਹਿਸਾਬ ਨਾਲ ਤੂੰ ਆ ਨਾ ਪਿਆਰ ਨਾਲ ਮੈਨੂੰ ਲੱਗਦੀ ਨਹੀਂ ਵੀ ਸਮਝ ਜਾਏਂਗੀ। ਫਿਰ ਮੈਂ ਤੈਨੂੰ ਘੰਟੇ ਦੀ ਇਹੀ ਗੱਲ ਤਾਂ ਸਮਝਾਈ ਜਾਂਦੀ ਵੀ ਤੂੰ ਉਹਦੀ ਭੂਆ ਦੀ ਕੁੜੀ ਆ, ਭੂਆ ਦੀ ਕੁੜੀ ਤੂੰ ਮੰਨਦੀ ਕਿਉਂ ਨਹੀਂ? ਮੈਂ ਸੱਚੀ ਮਾਰਨੀ ਆ, ਵੱਟ ਕੇ ਤੇਰੇ ਚਪੇੜ ਕਹੀ ਜਾਂਦੀ ਮੈਂ, ਨਹੀਂ ਭੂਆ ਦੀ ਕੁੜੀ, ਨਹੀਂ ਭੂਆ ਦੀ ਕੁੜੀ। ਤੇ ਫਿਰ ਉਹਨੇ ਐਵੇਂ ਕਹਿੰਦਾ ਭੂਆ ਦੀ ਕੁੜੀ ਆ ਮੇਰੀ ਉਹ? ਮੈਂ ਜਿਹੜੀ ਗੱਲ ਪੁੱਛੀ ਹੈ ਨਾ ਉਹ ਦੱਸ ਦੇ ਮੈਨੂੰ ਵੀ ਕਿੰਨਾ ਟਾਈਮ ਹੋ ਗਿਆ ਤੈਨੂੰ ਉਹਦੇ ਨਾਲ ਗੱਲ ਕਰਦੀ ਨੂੰ? 1.5 ਸਾਲ ਹੋ ਗਿਆ। ਖੁਸ਼ ਹੋ ਨਾ, ਹਜੇ ਮੈਂ ਹੋਰ ਸਵਾਲ ਪੁੱਛਣੇ ਆ, ਬਹਿ ਜਾ ਟਿੱਕੇ। ਨਾ ਤੂੰ ਕੌਣ ਹੁੰਦੀ ਮੈਨੂੰ ਪੁੱਛਣ ਵਾਲੀ? ਮੈਂ ਜੋ ਕੁਛ ਮਰਜ਼ੀ ਆ, ਮੈਂ ਤੈਨੂੰ ਕਹਿਤਾ ਵੀ ਮੇਰੇ ਤੱਕ ਨਾ ਪਹੁੰਚ, ਜਿਹੜੀ ਗੱਲ ਮੈਂ ਪੁੱਛਦੀ ਹਾਂ ਨਾ ਉਹਦਾ ਜਵਾਬ ਚੁੱਪ ਚੁਪੀਤੀ ਦੇ ਦੇ ਆਪਦਾ। ਕਿੱਥੋਂ ਤੱਕ ਪਹੁੰਚਿਆ ਤੇਰਾ ਰਿਲੇਸ਼ਨ, ਰੂਮ ਤੱਕ ਪਹੁੰਚ ਗਈ? ਹਾਏ ਹਾਏ ਦੀਦੀ, ਸੌਂ ਲੱਗੇ ਦੇਖੀ, ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ, ਆਹ ਰੂਮ ਰਾਮ ਦਾ ਮੈਨੂੰ ਨਹੀਂ ਪਤਾ ਹੈਗਾ। ਬਹਿ ਜਾ, ਤੂੰ ਕਰਾਉਣਾ ਵਿਆਹ ਉਹ ਲੈ ਕੇ ਜਾਊ ਤੈਨੂੰ ਵੱਡੀ ਸਾਹਿਬਾ ਨੂੰ। ਕਿਉਂ, ਕੀ ਗੱਲ, ਮੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਉਹ? ਪਹਿਲਾਂ ਚਾਰਾਂ ਨੂੰ ਲਾਰਾ ਲਾ ਕੇ ਆਇਆ ਵਿਆਹ ਵਾਲਾ, ਉਹਨਾਂ ਨੂੰ ਤਾਂ ਲਿਆ ਕੇ ਬਿਠਾ ਲਿਆ ਉਹਨੇ ਘਰੇ, ਹਨਾ? ਤੈਨੂੰ ਕਿਵੇਂ ਪਤਾ ਵੀ ਚਾਰਾਂ ਨੂੰ ਲਾਰਾ ਲਾਇਆ? ਕਿਉਂਕਿ ਉਹਦਾ ਪੱਕਾ ਜਿਹੜਾ ਐਗਰੀਮੈਂਟ ਹੈ ਨਾ ਵਿਆਹ ਦਾ ਉਹ ਮੇਰੇ ਨਾਲ ਹੀ ਹੋਇਆ। ਲੈ, ਮੈਂ ਕਰਵਾਉਣਾ ਉਹਦੇ ਨਾਲ ਵਿਆਹ। ਹੱਦ ਹੋਈ ਪਈ ਆ, ਜਾਣ ਨਾ ਪਛਾਣ ਆਖੇ ਤੂੰ ਮੇਰਾ ਮਾਮਾ, ਧੱਕੇ ਨਾਲ ਹੀ ਵਿਆਹ ਕਰਾਉਣਾ, ਵਿਆਹ ਤਾਂ ਉਹਨੇ ਮੇਰੇ ਨਾਲ ਕਰਾਉਣਾ। ਤੂੰ ਤਾਂ ਹਜੇ ਕਿਤੇ ਗਈ ਨਹੀਂ ਹੈਗੀ, ਜਿੱਥੋਂ ਤੱਕ ਮੈਂ ਜਾਏਂਗੇ ਨਾ ਉਹ ਤੂੰ ਸੋਚ ਵੀ ਨਹੀਂ ਸਕਦੀ, ਤੇ ਤੇਰੇ ਤੋਂ ਤਾਂ ਬਹੁਤ ਪਰੇ ਦੀਆਂ ਗੱਲਾਂ ਉਹ। ਮੈਂ ਤਾਂ ਦੀਦੀ ਬਸ ਇੱਕ ਵਾਰ ਉਹਦੇ ਨਾਲ ਕੌਫੀ ਪੀਣ ਗਈ ਸੀ, ਮੈਂ ਤਾਂ ਕਿਤੇ ਜਾਂਦੀ ਹੋਈ। ਤੇਰੇ ਸ਼ਕਲ ਹੀ ਕੌਫੀ ਪੀਣ ਵਾਲੀ ਆ, ਬਸ ਕੌਫੀ ਹੀ ਪੀ ਸਕਦੀ ਆ। ਮੈਂ ਲਿਹਾਜ ਕਰੀ ਜਾਂਦੀ ਹਾਂ, ਤੂੰ ਅੱਗੇ ਅੱਗੇ ਨਾ ਵਧ। ਮੈਂ ਹਰਮਨ ਦੇ ਲਿਹਾਜ ਕਰ, ਹਰਮਨ ਦੇ ਮੂੰਹ ਨੂੰ ਚੁੱਪਾਂ, ਉਹਨੇ ਮੈਨੂੰ ਕਿਹਾ ਹੋਇਆ ਵੀ ਤੂੰ ਉਹਦੀ ਭੂਆ ਦੀ ਕੁੜੀ ਆ, ਤੂੰ ਫੇਰ ਨਹੀਂ ਮੰਨਦੀ। ਯਾਰ ਕਿਉਂ ਤੇਰਾ ਦਿਮਾਗ ਇੰਨਾ ਡੱਲ ਆ, ਤੈਨੂੰ ਕਿਉਂ ਨਹੀਂ ਮੇਰੇ ਤੇ ਯਕੀਨ ਹੁੰਦਾ? ਮੈਂ ਕਹੀ ਜਾਂਦੀ ਆ ਵੀ ਮੈਂ ਉਹਦੀ ਭੂਆ ਦੀ ਕੁੜੀ ਨਹੀਂ, ਭੂਆ ਦੀ ਕੁੜੀ ਨਹੀਂ। ਮੈਨੂੰ ਨਹੀਂ ਯਕੀਨ ਹੁੰਦਾ ਹੈਗਾ, ਨਾ ਮੈਂ ਤੇਰੀ ਗੱਲ 'ਤੇ ਯਕੀਨ ਕਰਾਂ। ਯਕੀਨ ਕਰਾਵਾਂ? ਹਾਂ, 2 ਮਿੰਟ ਰੁਕ ਤੂੰ। ਸ਼ਕਲ ਤੋਂ ਤਾਂ ਤੂੰ ਲੋਲੀ ਲੱਗਦੀ ਆ ਜਮਾਂ, ਪਰ CID ਵਾਂਗੂ ਤੂੰ ਵੀ ਇਨਫੋਰਮੇਸ਼ਨ ਬਹੁਤ ਭਾਲਦੀ ਆ। ਹੈਲੋ, ਹਾਂ ਪੁੱਤ, ਹਾਂ ਪੁੱਤ, ਹਰਮਨ ਕਿੱਥੇ ਹੋ ਤੁਸੀਂ? ਤੇਰੇ ਦਿਲ 'ਚ। ਅੱਛਾ, ਆਈ ਮਿਸ ਯੂ। ਮਿਸ ਯੂ ਟੂ, ਪੁੱਤ ਕਿੱਥੇ ਆ ਤੂੰ? ਮੈਂ ਤਾਂ ਬਸ ਇੱਥੇ ਸੀ, ਚਲੋ ਮੈਂ ਤੁਹਾਨੂੰ 2 ਮਿੰਟ ਰੁੱਕ ਕੇ ਕਾਲ ਕਰਦੀ ਆ। ਕੀ ਹੋ ਗਿਆ? ਕਰਦੀ ਆ, ਲੱਗ ਗਿਆ ਪਤਾ, ਹੋ ਗਿਆ ਯਕੀਨ ਹੁਣ ਤੈਨੂੰ?
ਹਾਂ ਸੰਦੀਪ। ਹਰਮਨ ਕਿੱਥੇ ਹੋ ਤੁਸੀਂ? ਮੈਂ ਤੇਰੇ ਦਿਲ 'ਚ। ਅੱਛਾ, ਮੈਨੂੰ ਇੱਕ ਗੱਲ ਦੱਸਿਓ। ਹਾਂਜੀ। ਜਦੋਂ ਆਪਾਂ ਕਾਫੀ ਪੀਂਦੇ ਸੀਗੇ ਉਸ ਦਿਨ, ਜਿਹੜੀ ਉੱਥੇ ਕੁੜੀ ਆਈ ਸੀ ਉਹ ਭਲਾ ਕੌਣ ਆ ਤੇ ਕੀ ਲੱਗਦੀ ਆ ਤੁਹਾਡੀ? ਯਾਰ ਤੈਨੂੰ ਤੇ ਦੱਸਿਆ ਤਾਂ ਸੀ ਯਾਰ, ਭੂਆ ਦੀ ਕੁੜੀ ਐ। ਨਾਲੇ ਮੇਰੇ ਲਈ ਇਹਦੀ ਗੱਲ ਜੀ ਨਾ ਕਰਿਆ ਕਰ, ਮੈਨੂੰ ਬਹੁਤ ਬੁਰੀ ਲੱਗਦੀ ਐ। ਇੱਕ ਨੰਬਰ ਦੀ ਘਟੀਆ ਕੁੜੀ ਆ ਉਹ, ਸਾਡੀ ਨਹੀਂ ਬਣਦੀ ਯਾਰ ਉਹਨਾਂ ਨਾਲ। ਠੀਕ ਐ ਹਰਮਨ, ਮੈਂ ਤੁਹਾਨੂੰ ਫੇਰ ਕਰਦੀ ਆਂ ਕਾਲ। ਕੀ ਹੋ ਗਿਆ ਹੁਣ? ਲੈ ਹੁਣ ਤਾਂ ਫੋਨ ਕੀਤਾ ਤੂੰ। ਨਹੀਂ, ਮੈਂ ਫੇਰ ਕਰਦੀ ਆਂ ਜੀ। ਚੰਗਾ। ਬਸ ਲੱਗ ਗਿਆ ਪਤਾ ਉਹਦੀਆਂ ਹਰਕਤਾਂ ਦਾ। ਭੈਣ ਮੇਰੀ ਐ, ਪਿੱਛੇ ਹਟ ਜਾ, ਚੰਗੀ ਰਹੇਗੀ। ਪੱਟ ਤੋਂ ਹੱਥ ਚੱਕ, ਕੁੜੀ ਆਉਂਦੀ ਆ ਪੱਟ ਤੋਂ ਹੱਥ। ਦੇਖੀ ਕੀੜਿਆਂ ਵਾਂਗੂ ਇੱਥੇ ਜਵਾਕ ਫਿਰਦੇ ਨੇ, ਤੂੰ ਮੈਨੂੰ ਪਾਰਕ ਵਿੱਚ ਲੈ ਕੇ ਆ ਗਿਆ। ਐਂ ਕੁਛ ਨਹੀਂ ਹੁੰਦਾ, ਇਹ ਤਾਂ ਪੱਤੀ ਉਲਝੇ ਪਏ ਨੇ। ਐਂ ਕਿਹੜਾ ਦੇਖਦਾ? ਮੇਰੀ ਗੱਲ ਸੁਣ, ਲੋਹੀ 'ਚ ਦੇ ਲੈ ਲੋਹੀ 'ਚ। ਹਾਂ, ਗੜੇ ਵਰਗੇ ਪਏ ਨੇ ਤੇਰੇ ਤਾਂ ਹੱਥ ਜਮਾਂ ਧੱਕਾ ਵਗਦਾ। ਠੰਡ ਕਿਹੜਾ ਥੋੜ੍ਹੀ ਆ। ਅੱਛਾ ਹੁਣ ਮੈਨੂੰ ਤੂੰ ਇਹ ਦੱਸ ਵੀ ਉਹ ਮੇਰੀ ਪੈਲਸਣ ਦਾ ਕੀ ਬਣਿਆ? ਪੈਨਸਲ ਤਾਂ ਨਹੀਂ ਲੱਗ ਜੂ ਕੋਈ ਨਾ, ਲੱਗ ਤਾਂ ਗਈ ਦੋ ਵਾਰਾਂ ਤਾਂ ਹੋ ਗਏ ਪੈਨਸਲ। ਇੱਥੇ ਆਪਾਂ ਨੂੰ ਕੋਈ ਦੇਖ ਤਾਂ ਨਾ ਲਊਗਾ। ਮੈਂ ਕਿਹਾ ਰੋਜ਼ ਰੋਜ਼ ਮੈਂ ਘਰੋਂ ਆਉਂਦੀ ਚੰਗੀ ਨਹੀਂ ਲੱਗਦੀ, ਤੁਹਾਨੂੰ ਪਤਾ ਹੀ ਆ, ਪੂਰੇ ਦਾ ਅਤੇ ਬੱਬੂ ਦਾ। ਐਂ ਕੋਈ ਨਹੀਂ ਦੇਖਦਾ, ਫਿਕਰ ਨਾ ਕਰ, ਉਰੇ ਸਾਰੇ ਜੋੜੇ ਆਉਂਦੇ ਨੇ ਗੇ। ਹੋਰ ਤਾਂ ਹੀ ਤਾਂ ਮੈਂ ਉਰੇ ਆਇਆ ਗਿਆ ਕਿ ਆਪਾਂ ਨੂੰ ਤਾਂ ਉਦੋਂ ਪਤਾ ਨਹੀਂ ਸੀ ਲੱਖਣ ਡੀ ਤੀ ਕਿਵੇਂ ਕੁਛ ਹੁੰਦਾ। ਅੱਜ ਕੱਲ੍ਹ ਦੇ ਚੀਚੜੇ ਜਾਣੂ ਮੇਰੇ ਸਾਲੇ ਦਾ ਨੂੰ ਜ਼ਿਆਦਾ ਪਤਾ, ਮਾੜਾ ਮੋਟਾ ਦੇਖ ਕੇ ਸਿੱਖੀ ਜਾਵਾਂਗੇ। ਹੈਂ ਸਿੱਖੀ ਤਾਂ ਜਾਵਾਂਗੇ, ਪਰ ਮੈਨੂੰ ਤਾਂ ਊਂ ਡਰ ਜਿਹਾ ਲੱਗਦਾ ਵੀ ਕੋਈ ਇੱਥੇ ਆਹ ਫੋਨ 'ਚ ਵੀਡੀਓ ਬਣਾ ਕੇ ਨਾ ਆਪਣੀ ਨੈੱਟ 'ਤੇ ਪਾ ਦੇ। ਐਂ ਕਿਵੇਂ ਪਾ ਦੂੰਗਾ? ਹੈਂ ਆਹ ਦੇਖ ਲੋਹੀ ਲਈ ਬੈਠੇ, ਐਂ ਕੀ ਪਤਾ ਲੱਗਦਾ ਕੌਣ ਬੈਠਿਆ? ਮੈਂ ਵੀ ਮੂੰਹ ਢੱਕ ਲਵਾਂ। ਹਾਂ ਢੱਕ ਲਾ ਢੱਕ ਲਾ। ਐਂ ਤਾਂ ਉਹਦੇ ਬਜ਼ੁਰਗ ਬੈਠੇ ਰਿਟਾਇਰ ਹੋਏ ਹੋਏ। ਇਹ ਵੀ ਇੱਦਾਂ ਹੀ ਆਏ ਹੋ ਦੋ ਨੰਬਰ ਵਾਂਗੂ ਆਪਣੇ ਵਾਂਗੂ? ਦੋ ਨੰਬਰ ਕਿਉਂ ਨੇ? ਆਪਾਂ ਕੀ ਨਾਲੇ ਦੋ ਨੰਬਰ ਚਾਂਗੇ? ਨਹੀਂ ਦੋ ਨੰਬਰ ਤਾਂ ਹੈ ਨਹੀਂ, ਤਾਂ ਮੂੰਹ ਚੱਤ ਕਰਨ ਰਾਜੀ ਆ ਜਾਂਦੇ ਨੇ ਸਾਰੇ। ਮੈਨੂੰ ਤਾਂ ਬਸ ਇੱਕੋ ਹੀ ਸੋਚ ਲੱਗੀ ਪਈ ਆ ਜੀ, ਬੱਬੂ ਦਾ ਕੋਈ ਕੰਮ ਕਾਰ ਚੱਲ ਪਵੇ। ਦੇਖੀ ਕਿਹੜੇ ਰਿਸ਼ਤੇਦਾਰ ਤੋਂ ਹੁਣ ਮੈਂ ਪੈਸੇ ਫੜਾਂ, ਕਿਹੜੇ ਤੋਂ ਨਾ ਫੜਾਂ। ਪੰਮੀ ਦੇ ਵੀ ਦੇਣੇ ਆ, ਜਮੋਰ ਸੁੰਦ ਵੀ ਦੇਣੇ ਆ, ਹਨਾ। ਤਾਂ ਸਾਰਾ ਦਿਨ ਸੋਚਾਂ 'ਚ ਹੀ ਰਹਿ ਕਰ, ਸੋਚਾਂ ਨੇ ਤੂੰ ਅੱਧੀ ਕਰਤੀ, ਦੇਖ ਲੈ ਕੁੜਮਣੀ ਹੈ। ਪਤਾ ਕੀ, ਖੇਤੀਬਾੜੀ 'ਚ ਤਾਂ ਕੁਛ ਬਚਦਾ ਹੀ ਨੀ, ਬੱਬੂ ਦਾ ਕੋਈ ਕੰਮ ਕਾਰ ਨੀ, ਬੱਬੂ ਦੇ ਨਾਲ ਦੇ ਮੁੰਡੇ ਸਾਰੇ ਕੰਮੀਕਾਰੀ ਲੱਗੇ, ਸਾਰੀ ਕਬੀਲਦਾਰੀ ਸੰਭਾਲੀ ਪਈ ਆ। ਇਹ ਕਿਹੇ ਮੇਰਾ ਛੋਕਰਾਈ ਆ ਜਿਹੜਾ ਵੇਲਾ ਫਿਰਦਾ? ਸਾਰਿਆਂ ਤੋਂ ਬੁਰੇ ਪਏ ਆ ਅਸੀਂ ਤਾਂ ਵੀ ਮੁੰਡਾ ਕੋਈ ਕੰਮ ਨਹੀਂ ਕਰਦਾ। ਪਹਿਲਾਂ ਵੀ ਕਿਹਾ ਵੀ ਮੁੰਡਾ ਤੁਹਾਡਾ ਠੀਕ ਨਹੀਂ ਹੈ ਗਿਆ, ਪਰ ਕੋਈ ਨਾ ਕੁੜੀ ਮੈਨੂੰ ਟੈਨਸ਼ਨ ਨਾ ਲੈ, ਤੂੰ ਰਾਮ ਸਰੂਪ ਤੇਰੇ ਤੋਂ ਜਵਾੜੀ ਤਿਲਕਦਾ, ਕਿੰਨਾ ਕੁ ਦੀ ਲੋੜ ਹੈ? ਲੋੜ ਤਾਂ ਦੇਖੋ ਜੀ, ਕੰਮ ਕਰ ਸ਼ੁਰੂ ਕਰਨ ਲਈ 3-3.5 ਲੱਖ ਦੇ ਤਾਂ ਚਾਹੀਦਾ ਹੀ ਆ। ਕੌਣ ਸੀ? ਸਾਡੇ ਪਿੰਡ ਤੋਂ ਸੀਗਾ ਮੱਗਰ। ਹਾਏ, ਇਹ ਕਹੇ ਨਾ ਵੀ ਭੂਰੇ ਦੀ
ਹੈਰਾਨਤਾ ਤੇਰੇ ਨਾਲ ਬੈਠੀ ਰਾਮ ਸਰੂਪ ਨਾਲ। ਨਾ ਨਾ ਮੈਂ ਕਹਿ ਦੂੰਗਾ ਕੋਈ ਨਾ, ਵੀ ਕਿਸੇ ਕੁੜੀ ਦਾ ਕੰਮ ਕਰਾਉਣ ਆਇਆ ਸੀ ਉਹਨੂੰ ਨਹੀਂ ਬੈਠਿਆ ਸੀਗਾ। ਇੱਕ ਆਪਾਂ ਬੈਠੇ ਜੁੜ ਕੇ ਆ ਦੇਖੀ, ਆਪਣਾ ਹੱਥ ਫੜਿਆ ਤਾਂ ਨਹੀਂ ਦੇਖ ਲਿਆ? ਨਾ ਹੱਥ ਤਾਂ ਛੱਡਤਾ ਸੀ, ਹੱਥ ਤਾਂ ਮੈਂ ਕਹਿ ਦੂੰ, ਮੈਂ ਤਾਂ ਕਹਿੰਦਾ ਛੱਡਤਾ ਸੀ ਹੱਥ ਤਾਂ। ਅੱਛਾ ਹਾਂ, ਆਪਾਂ ਬੱਬੂ ਦੇ ਪੈਸਿਆਂ ਦੀ ਗੱਲ ਕਰਦੇ ਸੀ ਵੀ 3-3.5 ਲੱਖ ਰੁਪਈਆ ਤਾਂ ਚਾਹੀਦਾ ਹੀ ਆ। ਮੇਰੀ ਗੱਲ ਸੁਣ, ਤੂੰ ਫਿਕਰ ਨਾ ਕਰ, ਤੇਰਾ ਆਪ ਹੀ ਹੱਲ ਕਰ ਦੂੰਗਾ, ਠੀਕ ਹੈ? ਕਿਉਂ ਤੂੰ ਟੈਂਸ਼ਨ ਲੈਣੀ ਹੈਗੀ, ਤੇਰੇ ਪਹਿਲੀ ਕਿਹਾ ਜਦੋਂ ਮੈਂ, ਹੋ ਜਾਊਗਾ ਹੱਲ ਸਾਰਾ, ਹੋ ਜੂ, ਕਦੋਂ ਕਰਾਂ ਤੂੰ ਇਹ ਦੱਸ ਮੈਨੂੰ, ਦੱਸ। ਆ ਬਸ, ਜੇ ਬੱਬੂ ਕਿਤੇ ਕੰਮ ਕਰਨ ਲੱਗ ਜਾਵੇ ਨਾ, ਫਿਰ ਤਾਂ ਤੁਸੀਂ ਮੈਨੂੰ ਜਿੱਥੇ ਬੁਲਾਓਗੇ ਮੈਂ ਉੱਥੇ ਆ ਜਾਇਆ ਕਰੂੰਗੀ। ਮੇਰੀ ਗੱਲ ਸੁਣਾ, ਠੰਡ ਤਾਂ ਨਹੀਂ ਲੱਗ ਰਹੀ ਤੈਨੂੰ? ਠੰਡ ਤਾਂ ਬਹੁਤ ਲੱਗਦੀ ਹੈ, ਦੇਖੀ ਬੈਠ ਕੇ ਇੱਥੇ ਗਿੱਲੇ ਵਿੱਚ, ਠੰਡ ਨਹੀਂ ਲੱਗਣੀ ਤਾਂ ਹੋਰ ਕੀ ਲੱਗਣਾ। ਐਂ ਕਰਦਿਆਂ ਇੱਥੇ ਨਾ ਇੱਕ ਬੈਠੇ ਨੂੰ ਕਮਰਾ ਦੇ ਦਿੰਦੇ ਨੇ ਕਿਰਾਏ 'ਤੇ, 500 ਰੁਪਈਆ ਲੱਗਦਾ, ਨਾਲ ਹੀਟਰ ਲਾ ਕੇ ਦਿੰਦੇ ਨੇ, ਜਗ੍ਹਾ ਇਹ ਉੱਥੇ ਵਗ ਚੱਲਦੇ। ਲੈ ਕਮਰੇ 'ਚ ਹਜੇ ਮੇਰੀ ਰੂਹ ਨਹੀਂ ਕਰਦੀ ਜਾਣ ਨੂੰ, ਦੇਖੀ ਮੈਂ ਕੀ ਗੱਤ ਕਰਨਾ, ਤੂੰ ਕੀ ਗੱਲਾਂ ਕਰਦੀਆਂ ਹੈਂ? ਮੈਂ ਤੂੰ ਐਂ ਕਹਿਣਾ ਵੀ ਇੱਥੇ ਕੋਈ ਦੇਖ ਨਾ ਲਵੇ, ਮੇਰੀ ਵੀ ਇੱਜ਼ਤ ਬਣੀ ਹੋਈ ਆ, ਮੈਂ ਹੋਰ ਕਹਿੰਦੇ ਵੀ ਉੱਥੇ ਬੈਠਾ ਸੀ ਰਾਮ ਸਰੂਪ। ਮੈਨੂੰ ਤਾਂ ਆਪ ਇਹ ਡਰ ਲੱਗੀ ਜਾਂਦਾ ਵੀ ਦੇਖੀ ਇੱਥੇ ਹੈ ਨਾ ਕੁੜੀਆਂ ਮੁੰਡੇ ਇੰਨੇ ਫਿਰਦੇ ਆ, ਆ ਬੁੜੇ ਜਿਹੇ ਵੀ ਆ, ਕਿਤੇ ਕਿਸੇ ਨੇ ਦੇਖ ਲਿਆ, ਬੱਬੂ ਨੂੰ ਦੱਸ ਦਿੱਤਾ, ਬੇਇੱਜ਼ਤੀ ਵਾਧੂ ਆ। ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਲੈ, ਪੈਸਿਆਂ ਵਾਲੀ ਤਾਂ ਜਮਾ ਫਿਕਰ ਨਾ ਕਰ, ਪੈਸਿਆਂ ਵਾਲਾ ਤਾਂ ਮੈਂ ਆਪ ਹੀ ਸਾਰਾ ਕੁਛ ਕਰ ਲੂੰਗਾ, ਹੁਣ ਮੈਂ ਸਾਰਾ ਹੱਲ ਕਰ, ਪੈਸਿਆਂ ਵਾਲੀ ਸੋਚ ਛੱਡ ਦੇਣੀ ਆ ਤੁਹਾਡੇ ਸਿਰ ਤੇ, ਬਾਕੀ ਮੈਂ ਤੁਹਾਡੇ ਤੋਂ ਬਾਹਰ ਨਹੀਂ ਹੈਗੀ, ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰ ਲਵਾਂਗੀ। ਕੋਈ ਨਾ ਕੋਈ ਨਾ, ਕਰਦਾ, ਮੈਨੂੰ ਫੋਨ ਆ ਰਿਹਾ। ਫੋਨ ਕਿਹਦਾ? ਬੱਬੂ ਦਾ ਤਾਂ ਨਹੀਂ? ਹਾਂ ਕਲਵੀਰ ਪੁੱਤ, ਹਾਂ ਮੈਂ ਤਾਂ ਦਵਾਈ ਦਵਾਉਣ ਗਿਆ ਹੋਇਆਂਗਾ ਪੁੱਤ, ਹਾਂ ਹਾਂ ਮੈਂ ਤੇਰੇ ਮਾਪੇ ਨੂੰ ਲੈ ਕੇ ਗਿਆ ਹੋਇਆ ਗਵੈਲ ਦੇ, ਹਾਂ ਪੁੱਤ, ਹਾਂ ਨਾ ਹੁਣ ਮੈਂ ਪੁੱਤ ਆਉਣਾ। ਮੈਨੂੰ ਬੱਸ ਚ ਭੇਜੂਗੇ ਕਿ? ਨਾ ਮੈਂ ਛੱਡ ਆਉਣਾ ਤੈਨੂੰ, ਆ ਜਾ। ਅੱਛਾ ਹਰਮਨ, ਇੱਥੇ ਸਾਈਡ ਤੇ ਲਾ ਲਓ ਗੱਡੀ। ਇੱਥੇ ਕਿੱਥੇ ਯਾਰ, ਸੁੰਨੇ ਰਾਹ ਤੇ ਲਿਆਈ ਤੂੰ, ਕੀ ਕਰਨਾ ਉਰੇ ਤੂੰ? ਤੁਸੀਂ ਗੱਡੀ ਇੱਧਰ ਲਾ ਦੋ ਯਾਰ। ਉਰੇ ਕੀ ਕਰਨਾ ਤੂੰ, ਜੇ ਜਾਣੀ ਸੀ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ, ਆਪਾਂ ਉਧਰ ਸੰਗਰੂਰ ਚਲੇ ਜਾਂਦੇ, ਰੈਸਟੋਰੈਂਟ 'ਚ ਬਹਿ ਜਾਂਦੇ ਕਿਸੇ 'ਚ। ਤੁਸੀਂ ਨੀਚੇ ਉਤਰੋ ਗੱਡੀ 'ਚੋਂ। ਕੀ ਹੋ ਗਿਆ ਤੈਨੂੰ, ਇੱਥੇ ਕੀ ਕਰਨਾ? ਇੱਕਦਮ ਚੱਲ। ਉਹ ਯਾਰ ਹੁਣ ਉਰੇ ਕੀ ਕਰਨਾ ਤੂੰ ਮਨਪ੍ਰੀਤ, ਉਹ ਇੱਥੇ ਕਿੱਥੇ ਲੈ ਕੇ ਆ ਗਈ ਯਾਰ? ਇੱਕ ਤਾਂ ਤੇਰਾ ਫੋਟੋ ਖਿੱਚਣੀ ਹੈ, ਉਹ ਬੋਲ ਪੈ, ਤੈਨੂੰ ਕਿਹਾ ਸੀ ਇਹ ਰੈਸਟੋਰੈਂਟ ਜਾਣਾ ਸੀ ਉੱਧਰ ਵਗ ਜਾਂਦੀ ਯਾਰ, ਇੱਥੇ ਕੀ ਦੇਖੀ ਗੰਦ ਚਲੀ ਫਿਰਦੀ ਆ ਉਰੇ। ਉਹ ਹੈਲੋ, ਕੀ ਹੋਇਆ ਤੈਨੂੰ? ਮੈਨੂੰ ਸੱਚ ਸੱਚ ਦੱਸ ਦੇ ਹਰਮਨ, ਉਹ ਤੇਰੀ ਕੀ ਲੱਗਦੀ ਆ? ਉਹ ਯਾਰ ਤੂੰ ਫਿਰ ਉਹੀ ਗੱਲ ਚੱਕ ਲਈ ਯਾਰ, ਤੈਨੂੰ ਕਿੰਨੀ ਵਾਰ ਦੱਸਤਾ ਯਾਰ, ਉਦੇ ਸਮਝਾਤਾ ਤੈਨੂੰ, ਭੂਆ ਦੀ ਕੁੜੀ ਆ ਉਹ ਕੁਛ ਨਹੀਂ ਲੱਗਦੀ ਮੇਰੀ, ਕਿਉਂ ਦੁਬਾਰੀ ਦੁਬਾਰੇ ਉਹੀ ਲੜਾਈ ਤੇਰੀ ਫੇਰ? ਤੂੰ ਕਿਉਂ ਦੁਬਾਰੇ ਦੁਬਾਰੇ ਝੂਠ ਬੋਲਦਾ ਹੈ, ਕਿਉਂ ਨਹੀਂ ਤੇਰੇ ਮੂੰਹੋਂ ਸੱਚ ਨਿਕਲਦਾ? ਕੀ ਕੀ ਤੈਨੂੰ ਡਾਊਟ ਕਾਤੇ ਹੈ? ਦੱਸ ਕੀ ਡਾਊਟ ਹੈ, ਦੱਸ ਕੀ ਡਾਊਟ ਹੈ ਤੈਨੂੰ? ਆਪਦੇ ਮੂੰਹੋਂ ਦੱਸ ਦੇ ਹਰਮਨ, ਮੈਨੂੰ ਸੱਚ ਸੱਚ ਦੱਸ ਦੇ ਉਹ ਕੁੜੀ ਕੌਣ ਆ? ਤੈਨੂੰ 50 ਵਾਰ ਦੱਸਤਾ ਭੂਆ ਦੀ ਕੁੜੀ ਹੈ, ਹੋਰ ਸੁਣ ਲੈ 10 ਵਾਰੀ, ਭੂਆ ਦੀ ਕੁੜੀ ਹੈ, ਨਾਲ 1 ਨੰਬਰ ਦੀ ਕਰੈਕਟਰਲੈਸ ਹੈ। ਕਿਉਂ ਨਹੀਂ ਤੇਰੇ ਮੂੰਹੋਂ ਸੱਚ ਨਿਕਲਦਾ? ਪਹਿਲੀ ਗੱਲ ਤਾਂ ਉਹ ਤੇਰੀ ਭੂਆ ਦੀ ਕੁੜੀ ਹੈ ਨਹੀਂ, ਤੇ ਦੂਜੀ ਗੱਲ ਤੂੰ ਹਰ ਕੁੜੀ ਨੂੰ ਯੂਜ਼ ਕਰਕੇ ਕਰੈਕਟਰਲੈਸ ਕਹਿੰਦਾ ਠੇਕਾ ਲਿਆ। ਤੈਨੂੰ ਕੌਣ ਕਹਿੰਦਾ ਯਾਰ, ਕੌਣ ਤੈਨੂੰ ਇਹ ਜਿਹੀਆਂ ਗੱਲਾਂ ਸਮਝਾਉਂਦਾ? ਮੈਂ ਕੋਈ ਨਿਆਣੀ ਨਹੀਂ ਹੈਗੀ,
ਵੀ ਉਂਗਲ ਫੜ ਕੇ ਜਿੱਧਰ ਨੂੰ ਜੀ ਕਰੂਗਾ ਗਲਾ ਲੈ ਜਾਊਗਾ ਮੈਨੂੰ। ਮੈਂ ਤੈਨੂੰ ਨਿਆਣੀ ਕਦੋਂ ਕਿਹਾ? ਤੂੰ ਤਾਂ ਮੈਨੂੰ ਸਮਝਦਾ ਹੀ ਨਿਆਣੀ ਆ, ਤੈਨੂੰ ਤਾਂ ਇਹ ਲੱਗਦਾ ਵੀ ਇਹਨੂੰ ਕੁਝ ਸਮਝ ਹੀ ਨਹੀਂ ਆਉਂਦਾ। ਉਹ ਯਾਰ ਤੂੰ ਕਿੱਥੋਂ ਤੇ ਚੰਗੀ ਭਲੀ ਬੈਠੀ ਆ ਯਾਰ, ਤੂੰ ਕਿਹਦੇ ਕੋਲੇ ਬੈਠ ਕੇ ਆ ਗਈ? ਉਹ ਨਹੀਂ ਹੈਗੀ, ਉਹਨਾਂ ਦਾ ਪਿੰਡੇ ਨਹੀਂ ਹੈਗਾ ਯਾਰ ਇਹ, ਉਹ ਐਡੀ ਦੂਰ ਪਿੰਡਾ ਯਾਰ, ਉਹ ਕੀ ਕਰਨਾ ਜੂ? ਤੈਨੂੰ ਕਿਵੇਂ ਮਿਲਣ ਆ ਜਾਂਦੀ ਆ? ਓ ਯਾਰ ਨਹੀਂ ਯਾਰ ਕੁਛ ਲੱਗਦੀ, ਭੂਆ ਦੀ ਕੁੜੀ ਐ, ਸਮਝ ਲੈ ਮੇਰੀ ਗੱਲ, ਕਿਉਂ ਦਿਮਾਗ ਖਰਾਬ ਕਰਦੀ ਹੁੰਨੀ ਐ? ਬਸ ਕਰ, ਤੂੰ ਤਾਂ ਸੌ ਹੀ ਖਾਦੀ ਐ ਵੀ ਕਦੇ ਮੇਰੇ ਅੱਗੇ ਸੱਚ ਬੋਲਣਾ ਹੀ ਨਹੀਂ। ਤੂੰ ਇੱਥੇ ਮਰਨਾ ਹੀ ਸੀ ਨਾ, ਮੈਂ ਮਰਦਾ ਮਰਨ ਤੇ ਮੈਨੂੰ ਕਿਉਂ ਮਰਦਾ? ਮੈਂ ਮਰਦੀ ਆ, ਤੂੰ ਖੜੇ ਮੈਨੂੰ ਮਾਰ ਦੇ ਤੂੰ, ਇੱਥੇ ਕਰਦੀ ਐ ਡਰਾਮੇ ਕ੍ਰੀਏਟ, ਮੈਂ ਕਿੱਥੋਂ ਪਹਿਲਾਂ ਹੋ ਕੇ ਮਰਦਾ ਮੂਰੇ, ਤੈਨੂੰ ਡਰਾਮੇ ਮਾਰ ਬਣਾ ਕੇ ਮਾਰ। ਮੈਂ ਮਰੂੰਗੀ ਨੱਚਣ ਤੇ, ਤੂੰ ਮਰਦਾ ਸਾਰੇ ਝੂਠ ਬੋਲਦਾ ਨਾਲੇ, ਹੋਰ ਇੱਥੇ ਡਰਾਮੇ ਕ੍ਰੀਏਟ ਕਰੀਏ, ਲੋਕ ਦੇਖਦੇ ਨੇ ਉਧਰ ਖੇਤਾਂ ਨੇ। ਚੱਲ ਉਧਰ ਥੱਲੇ ਜਾ, ਤੂੰ ਥੱਲੇ ਉਤਰ, ਥੱਲੇ ਆ, ਤੂੰ ਆਪਣੀ ਲੈ ਗਿਆ ਚੱਕ ਬੈਗ। ਕੀ ਹੋਈ ਓ ਯਾਰ, ਮੈਨੂੰ ਇਹ ਦੱਸ ਜਿੱਥੇ ਤੂੰ ਮੈਨੂੰ ਖੜਾਇਆ ਮੈਂ ਤੇਰੇ ਨਾਲ ਉੱਥੇ ਹੀ ਖੜੀ, ਜੋ ਤੂੰ ਮੈਨੂੰ ਕਿਹਾ ਮੈਂ ਉਹੀ ਕੀਤਾ, ਫਿਰ ਕਿੱਥੇ ਕਮੀ ਰਹਿ ਗਈ ਮੇਰੇ ਪੈਰ 'ਚ ਜਿਹੜਾ ਤੂੰ ਮੈਨੂੰ ਕਰੈਕਟਰਲੈਸ ਕਿਹਾ ਉਹਦੇ ਅੱਗੇ? ਚੁੱਪ ਕਰ ਜਾ, ਬਾਲਾ ਪਕਾਈ ਮਾਰਦੀ ਲੋੜ ਨਹੀਂ, ਪਿਆਰ ਨਾਲ ਵੀ ਗੱਲ ਹੋ ਸਕਦੀ ਹੈ, ਸੌਰੀ ਚੱਲ ਜਾਓ ਕੁਛ ਵੀ ਹੋਇਆ ਸੌਰੀ। ਇਧਰੋਂ ਤਾਂ ਰੋਕ ਲੈਣਾ ਤੂੰ ਮੈਨੂੰ, ਬਚਾ ਲੈਣਾ, ਨਾਮ ਤਾਂ ਮੈਂ ਫਿਰ ਵੀ ਤੇਰੇ ਹੀ ਲੱਗਣਾ। ਉਹ ਕਿੱਥੇ ਹੋ ਗਈ ਕੋਈ ਇੱਕ ਤਾਂ, ਓਏ ਰੁਕ, ਗੱਡੀ ਆ ਰਹੀ ਹੈ, ਤੈਨੂੰ ਦੇਖਦਾ ਨਹੀਂ ਹੈਗਾ, ਦਿਮਾਗ ਖਰਾਬ ਹੈ ਤੇਰਾ? ਨਾ ਦਿਮਾਗ ਨਹੀਂ ਜੀ, ਥੱਲੇ ਆ ਗਈ ਦੀ ਆ। ਚੱਲ ਤੂੰ ਗੱਡੀ ਤੋਰ ਛੇਤੀ, ਹੋਰ ਹੀ ਨਾ ਇੱਥੇ ਕੋਈ ਹੋਰ ਪੰਗਾ ਪੈ ਜੇ। ਚਾਚੀ ਕਿਵੇਂ ਤੁਰਿਆ ਫਿਰਦਾ ਓਏ? ਮੈਂ ਚਾਚੀ ਕੋਲ ਆ ਗਿਆ, ਕਹਿ ਨਹੀਂ ਕਿ ਚਾਚੀ ਨਾ ਆ ਜਾ, ਹੁਣ ਤੇ ਲਾਇ ਤੁਰਿਆ ਹੋਣਾ ਓਏ, ਅੱਡ ਮੈਂ ਨਾ ਹੋਈ ਬਸ ਹੈ, ਮਨ ਤਾਂ ਐਂ ਜੇ ਮਹਾਰੇ ਲੋੜੀ ਲੋੜੀ ਮਨਾਓਗੇ ਅੱਜ ਓਏ, ਕਿਤੇ ਰੰਗੋ ਰੰਗ ਪ੍ਰੋਗਰਾਮ ਕਰੋਗੇ ਤੁਸੀਂ? ਹੈ ਮਨ ਨਹੀਂ ਚਾਚਾ, ਲੋਹੜੀ ਤਾਂ ਹੈਗੀ ਦੀ, ਲੋਹੜੀ ਤਾਂ ਸੁੱਖ ਨਾਲ ਮਨਾਉਣਾ। ਨਾਨੂ ਕੀ ਹੋ ਗਿਆ? ਬਸ ਲੋਹੜੀ ਖਾ ਲੈ, ਹੋਰ ਗੱਲ ਛੇੜ ਲੈ ਚਾਚਾ, ਕਾਹਨੂੰ ਮਨ ਨਹੀਂ ਹੈਗਾ। ਉਹ ਗੱਲ ਹੋਣਾ ਨਾ ਚਾਚਾ, ਹੈ ਦੇਖ ਲੈ ਫੌਜੀਆਂ ਵਾਲੀ ਹੈ ਚਾਚਾ। ਮੈਂ ਇੱਕ ਗੱਲ ਪੁੱਛਣੀ ਸੀ ਤੈਨੂੰ, ਊਂ ਆਪਾਂ ਸਾਰਾ ਦਿਨ ਖੱਪਦੇ ਫਿਰੀ ਜਾਂਦੇ ਹਾਂ ਹਨਾ, ਮੈਂ ਕਹਿੰਦਾ ਜੀ ਉਹ ਜਿਹੜੀਆਂ ਕੰਪਨੀਆਂ ਨੇਗੀਆਂ ਇਹਨਾਂ 'ਚ ਕਹਿੰਦੇ ਜੇ ਰੁਪਈਏ ਲਾ ਦੇ ਮਤਲਬ ਖਾਸਾ ਵਿਆਜ ਜਿਹਾ ਬਣ ਜਾਂਦਾ, ਕਹਿੰਦੇ ਦੋ ਤਿੰਨ ਮਹੀਨਿਆਂ 'ਚ ਹੀ ਡਬਲ ਹੋ ਜਾਂਦੇ। ਉਹੀ ਨਾ ਭੈਣ ਦਿਆ ਕਢਾ ਪਿਆ ਫਸਦੀ ਕਿਤੇ, ਹੈ ਮੇਰਾ ਸਾਲਾ ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ ਉਤਰੇ, ਉੱਦਾਂ ਬਣਿਆ ਕੰਪਨੀਆਂ ਦਾ ਇਹਦਾ, ਮੇਰੇ ਸਾਰੀਆਂ ਫਰੋਡ ਕੰਪਨੀਆਂ ਨੇ ਸਾਰੀਆਂ, ਹੈ ਨਹੀਂ ਇਹਨਾਂ 'ਚ ਕੁਛ ਆਹ ਬੈਂਕਣੇ 'ਤੇ ਕੀ ਹੈ ਚਾ, ਹੋਰ ਕੰਮ ਕਰ ਲਓ ਮਾੜੇ ਮੋਟੇ ਕੋਈ, ਜ਼ਰੂਰੀ ਹੈ ਕੰਪਨੀ ਦੇ ਪੈਸੇ ਲਾਉਣ ਨੂੰ, ਕੰਮ ਆਉਂਦਾ ਕੰਪਨੀ ਕੰਪਨੀ ਪੈਸੇ। ਚੱਲ ਕੋਈ ਨਹੀਂ ਆਪਾਂ ਕਿਹੜਾ ਲਾਉਣੇ ਆ ਚਾਚਾ, ਮੈਂ ਤਾਂ ਤੈਨੂੰ ਹੀ ਪੁੱਛਿਆ ਸੀ, ਅਸੀਂ ਦੇਖ ਲਾ ਹੁਣ ਲਾਲ ਰੰਗ ਦਾ ਹਰਾ ਸਵਰਾਜ ਲਿਆਵਾਂਗੇ। ਅੱਛਾ ਹੋਰ ਆਹੋ
855 ਟਮਾਟਰ ਹੀ ਲਾ ਕਰਦਾ ਲਿਆਉਣ ਦੀ ਵਧੀਆ ਚਾਚਾ ਵਧੀਆ ਗੱਲ ਸੁੱਖ ਨਾਲ ਵਧੀਆ ਕਮਾਈ ਹੈ ਹੋਰ ਹੁਣ ਲਾਉਣਾ ਆ ਜਾ ਪੈਕ ਦੇਖ ਲਾ ਨਾ ਚਾਚਾ ਤੂੰ ਲਾ ਲੈ ਬਹਿ ਜਾ ਫਿਰ ਮੈਂ ਲਾਉਣਾ ਕਿਸੇ ਨੂੰ ਭੇਜ ਨੀ ਦਿੰਦਾ ਚਾਚੀ ਵਿਚਾਰੀ ਭੋਲੀ ਹੈ ਉਹੀ ਦੱਸ ਦਿੰਦੀ ਆਪਾਂ ਨੂੰ ਤਾਂ ਉਹਨੂੰ ਕਿਹੜਾ ਦੱਸਿਆ ਹੋਵੇ ਨਾ ਖੇਤੀ ਚੋਂ ਬੜੇ ਆਉਂਦੇ ਨੇ ਟਰੈਕਟਰ ਐਡੀ ਖੇਤੀ ਨੂੰ ਕਰੀ ਕਰੀ ਪੰਜੇ ਦਾ ਮਨ ਹੌਲਾ ਕਰ ਕੁਛ ਨੀ ਹੁੰਦਾ ਹੈਗਾ ਹੈ ਮੈਂ ਤਾਂ ਮੰਨ ਲਿਆ ਦੋ ਪੈਕਟ ਤੈਨੂੰ ਰਿਓੜੀਆਂ ਦੇ ਵੰਡ ਦੀ ਇੱਥੇ ਹੋ ਰਿਓੜੀਆਂ ਦਾ ਚਾਚਾ ਆਈਆਂ ਪਈਆਂ ਨੇ ਸਾਰਾ ਕੁਛ ਆਇਆ ਪਿਆ ਰਿਓੜੀਆਂ ਵੀ ਆਈਆਂ ਪਈਆਂ ਨੇ ਮੂੰਗਫਲੀਆਂ ਦੀ ਵੀ ਬੋਰੀ ਆਈ ਪਈ ਆ ਡੇਰੇ ਚੋਂ ਪਰ ਮਨ ਨੀ ਹੈਗਾ ਚਾਚਾ ਮਨ ਨੂੰ ਕੀ ਹੋ ਗਿਆ ਖੁਸ਼ੀ ਹੋਵੇ ਨਾ ਫੇਰ ਹੀ ਹੈ ਸੁੱਖ ਸਾਂਦ ਹੈ ਘਰੇ ਸੁੱਖ ਸਾਂਦ ਹੈ ਬਹੁਤ ਲੜਦੀ ਨਾ ਬਹੂ ਨੇ ਤਾਂ ਕੀ ਲੜਨਾ ਫੇਰ ਕੀ ਹੋ ਗਿਆ ਗੰਜਰ ਦਾ ਹੈ ਤੂੰ ਤਾਂ ਐ ਭਾਏ ਦਾ ਮੂੰਹ ਦਿੱਖ ਰਿਹਾ ਮੈਂ ਬੁੜੀ ਫੂਕ ਕੇ ਹੁਣ ਹੋ ਬਸ ਮਨ ਜਾ ਟੁੱਟ ਗਿਆ ਕੀ ਹੋ ਗਿਆ ਦੱਸ ਜਿਹੜਾ ਉਹਦੇ ਉਹ ਮੈਂ ਹਿਸਾਬ ਲਾ ਲਿਆ ਤੈਨੂੰ ਵੀ ਬੰਦੇ ਦੀ ਪਰਖ ਹੈਗੀ ਹੈ ਜਿਹੜੇ ਦੇ ਉਹਦੇ ਤਾਂ ਖੁੰਡਾ ਨਹੀਂ ਫੇਰਿਆ ਪ੍ਰਧਾਨ ਜੀ ਦੇ ਮੇਰੇ ਨਾਲ ਆਇਆ ਦੀ ਮਲੰਗ ਜਾ ਹੈ ਕੰਜਰ ਦਾ ਆਪ ਦਾ ਚੇਅਰਮੈਨ ਬਣ ਗਿਆ ਹੈ ਉਹਦੀ ਜਗ੍ਹਾ ਤੇ ਜ਼ਿਲ੍ਹਾ ਪ੍ਰਧਾਨ ਮੈਨੂੰ ਲਾਉਂਦੇ ਸੀ ਮੈਂ ਹੁਣ ਬਲਾਕ ਪ੍ਰਧਾਨ ਆ ਨਾ ਹੈ ਬਾਈ ਨਾ ਤਾਂ ਹੀ ਕਿਸੇ ਨੂੰ ਹੋਰ ਹੀ ਲਵਾ ਗਿਆ ਮੇਰੀ ਘਰੀ ਸੇਵਾ ਖੂਹ ਖੱਤੇ ਪਾ ਗਿਆ ਸਾਰੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਮਲੰਗ ਕੋਲੇ ਕੁਛ ਨਹੀਂ ਹੈਗਾ ਡੇਰੇ ਵਾਲੇ ਕੋਲੇ ਹੈ ਪਤਾ ਜੱਸੀ ਉੱਥੇ ਛੱਡੀ ਰੱਖੀ ਸਿੱਧਾ ਪੁੱਧਰਾ ਮੇਰੀ ਗੱਲ ਸੁਣੋ ਜਿਹੜੇ ਤੁਹਾਡੇ ਵੱਡੇ ਵਡੇਰੇ ਮੰਨਦੇ ਨੇ ਮੰਦਰ ਨੂੰ ਮੰਨਦੇ ਮੰਦਰ ਨੂੰ ਮੰਨੋ ਮਸੀਤ ਨੂੰ ਮੰਨਦੇ ਮਸੀਤ ਨੂੰ ਮੰਨੋ ਹੈ ਗੁਰੂ ਘਰ ਨੂੰ ਮੰਨਦੇ ਗੁਰੂ ਘਰ ਨੂੰ ਮੰਨੋ ਚਾਰ ਗੁਰਦੁਆਰੇ ਨੇ ਆਪਣੇ ਪੈਣੇ ਦੋ ਮੰਦਰ ਨੇ ਇੱਕ ਮਸੀਤ ਹੈ ਇੱਥੇ ਜਾਓ ਜਿੱਥੇ ਮਾੜਾ ਮੁੰਡਾ ਮੱਥਾ ਟੇਕਣਾ ਮਨ ਨੂੰ ਸ਼ਾਂਤੀ ਆਵੇ ਉਹਦੇ ਕੋਲੇ ਕੀ ਕਰਨ ਫਿਰਦਾ ਵਰਤ ਕਰੀ ਬੰਦੇ ਕੋਲੇ ਉਹਦਾ ਠੀਕ ਆ ਚਾਚਾ ਉਹਦੇ ਮਨ ਚ ਤਾਂ ਹੈ ਨੀ ਬੇਈਮਾਨਾ ਇਹ ਜਿਹੜੇ ਇਹ ਕੰਜਰ ਨੇ ਜਿਹੜੇ ਵਿਚਲੇ ਬੰਦੇ ਨੇ ਉਹ ਉਹਦਾ ਦੱਸ ਕੀ ਕਰਦਾ ਦੀ ਜੇ ਮੇਰਾ ਨਾਮ ਲੈ ਜਾਂਦਾ ਉਹਦੇ ਅੱਧੇ ਬੋਲ ਸਾਰਾ ਕੁਛ ਕਰਦਾ ਦੀ ਮੈਂ ਸਾਰਾ ਬਲਾਕ ਇਕੱਠਾ ਕਰ ਦਿੰਦਾ ਦੀ ਸਾਰੀਆਂ ਭੈਣਾਂ ਨੂੰ ਲੈ ਜਾਂਦਾ ਦੀ ਟੈਂਪੂ ਚ ਲਾ ਲਾ ਕਿਉਂ ਮੇਰੇ ਗੱਲ ਛਦਰਾ ਪਦਰਾ ਛੱਡ ਦੇ ਹੁਣ ਖੇੜਾ ਉਹਦਾ ਕੁਛ ਨੀ ਹੈਗਾ ਪੱਲੇ ਦੱਲੇ ਹੈ ਖੇਤੀ ਕਰਿਆ ਕਰ ਤੇਰੇ ਬਹਾਣ ਤੇ ਲੱਗ ਕੇ ਇੱਕ ਹੋਏ ਪੈਣੇ ਕੁੱਕੜੀਆਂ ਵਾਲੇ ਝਾੜੂ ਮਾਰਦਾ ਕਦੇ ਗੋਹਾ ਚੱਕਦਾ ਕਦੇ ਝਾੜੂ ਮਾਰਦਾ ਕਦੇ ਕਦੇ ਪੋਸਟਰ ਲਾਇਆ ਐ ਜੀ ਵੀ ਕਦੇ ਤਾਂ ਮੁੱਲ ਪਊਗੀ ਕਦੇ ਤਾਂ ਪਊਗੀ ਕੜਾ ਪਊ ਭੈਣ ਦਾ ਬਹੁ ਦਾ ਤੈਨੇ ਫਿੱਟਰੇੜੇ ਵਰਗੀ ਬਣਾ ਲਈ ਉੱਥੇ ਦੇ ਭੇਜ ਭੇਜ ਕੇ ਦੇਖ ਲਾ ਅੱਧੀ ਬੁੜੀ ਉਹ ਹੋ ਗਈ ਦੇਖ ਲਾ ਵਿਚਾਰੀ ਜੱਸੀ ਉੱਥੇ ਰਹਿ ਰਹੀ ਹੋਊਗੀ ਉਹ ਭਾਈ ਜਦੋਂ ਅਸੀਂ ਸੁਣਦੇ ਨੀ ਸਿਆਣੇ ਬੰਦੇ ਦੀ ਕਿਸੇ ਦੀ ਗੱਲ ਹੈ ਹੋ ਸਾਰੀ ਖੂਹ ਖਾਤੇ ਪਾ ਦੀ ਮੇਰੀ ਤਾਂ ਉਹਨੇ ਚੱਲ ਕਿਧਰੇ ਨੀ ਭੈਣ ਦਾ ਪ੍ਰਧਾਨਗੀਆਂ ਨੂੰ ਤੈਨੂੰ ਕਿਸਾ ਹੁੰਦਾ ਨਹੀਂ ਚਾਚਾ ਤੈਨੂੰ ਨਹੀਂ ਪਤਾ ਆ ਗਈ ਨੀ ਹੈ ਜਵਾਕ ਠੀਕ ਨੇ ਕੋ ਪੈਸੇ ਤੇ ਲੇਤਾ ਨੀ ਲੋੜ
ਦੇਖ ਲੈ ਚਾਚੀ ਸੇਵਾ ਮੈਂ ਕਰਦਾ ਰਹਿ ਗਿਆ, ਜ਼ਿਲ੍ਹਾ ਪ੍ਰਧਾਨ ਕਿਸੇ ਨੂੰ ਹੋਰ ਬਣਾ ਤਾ ਭਾਈ ਦੇ ਖਾਸਮੋ ਸੁਣੂ ਤਾਂ ਡੇਰੇ ਵਾਲਾ ਮਲੰਗ ਲੈ ਕੇ ਬੈਠੂ ਚੱਜ ਦੀ ਗੱਲ ਕਰ ਲਿਆ ਕਰ। ਬਗੜਾ ਕੀ ਹੋਇਆ ਹੈ ਪੁੱਤ, ਤੂੰ ਕਿਉਂ ਇੰਨਾ ਮਨ ਤੇ ਗੱਲ ਲਾ ਕੇ ਬੈਠੀ? ਕਦੀ ਨਾ ਕਦੀ ਤਾਂ ਤੇਰੀ ਸੇਵਾ ਬਾਹਰ ਆਊਗੀ ਪੁੱਤ। ਇੰਨੇ ਸਾਲ ਹੋ ਗਏ ਦੀ ਚਾਚੀ, ਦੇਖ ਲੈ ਤੇਰੇ ਸਾਹਮਣੇ। ਉਹ ਤਾਂ ਮੈਨੂੰ ਪਤਾ ਸੀ ਜਦੋਂ ਸਤਿਗੁਰ ਨੇ ਸੇਵਾ ਲੈਣੀ ਆ ਉਦੋਂ ਹੀ ਲੈਣੀ ਆ, ਤੂੰ ਕਿਉਂ ਮਨ ਹੌਲਾ ਕਰਕੇ ਬੈਠੀ ਹੈਂ? ਮੈਨੂੰ ਜੱਸੀ ਦੱਸ ਤਾਂ ਗਈ ਸੀ ਸਤਿਗੁਰ ਤਾਂ ਲੈ ਗਿਆ 5-7 ਵਾਰੀ ਸੇਵਾ, ਤੈਨੂੰ ਪਤੀ ਮੈਂ ਤਾਂ ਕਰੂੰ ਲੈਂਦਾ। ਦੇਖ ਲੈ ਚਾਚੀ, ਉਹ ਪ੍ਰਧਾਨ ਦਾ ਬੇੜਾ ਬਹਿ ਗਿਆ ਸਾਰਾ, ਜ਼ਿਲ੍ਹਾ ਪ੍ਰਧਾਨ ਦਾ, ਆਪ ਦਾ ਚੇਅਰਮੈਨ ਬਣ ਗਿਆ। ਜੇ ਤੂੰ ਨਰਾਲੇ ਬਾਬੇ ਤੇ ਹਨਾ ਗੁੱਸਾ ਕਰਦਾ, ਉਹਦੇ ਤੇ ਤਾਂ ਭਾਈ ਨਾ ਕਰ ਗੁੱਸਾ, ਉਹਦੇ ਲਈ ਤਾਂ ਸਾਰੀ ਸੰਗਤ ਇੱਕੋ ਜਿਹੀ ਹੈ। ਉਹਦੇ ਮਨ ਚ ਤਾਂ ਬੇਈਮਾਨਾ ਹੈ ਨੀ ਚਾਚੀ, ਇਹ ਜਿਹੜੇ ਅੱਧ ਵਿਚਾਲੇ ਨੇ ਨਾ ਬੰਦੇ, ਵਿਚਾਲੇ ਬੰਦਿਆਂ ਦੇ ਮਨ ਚ ਬੇਈਮਾਨ। ਇਹ ਜਿਹੜਾ ਮੋਹਰੇ ਚਮਚੇ ਆ ਨਾ ਜਿਹੜੇ ਪ੍ਰਧਾਨ ਬਣੀ ਫਿਰਦੇ ਆ, ਉਹਨਾਂ ਨੇ ਇਹ ਤੇਰਾ ਬੇੜਾ ਗਰਕ ਕੀਤਾ ਨਾ। ਜਿੱਥੇ ਪੁੱਤ ਮੇਰੀ ਲੋੜ ਆ ਮੈਨੂੰ ਦੱਸ, ਮੈਂ 10 ਬੁੜੀਆਂ ਇਕੱਠੀਆਂ ਕਰਕੇ ਲੈ ਜਾਂਦਾ। ਅੱਜ ਦੇਖ ਲੈ ਚਾਚੀ, ਲੋਹੜੀ ਦਾ ਤਿਉਹਾਰ ਹੈ, ਦਾਰੂ ਜੀ ਮੇਰੇ ਕੋਲ ਪਈਆ ਪੀਪੀ ਭਰੀ ਕੱਢੀ ਦੇਵਾ ਹੁਣ। ਚੱਜ ਦੀ ਗੱਲ ਕਰ ਲੈ, ਬਲਾ 5-7 ਦਿਨ ਬਿੱਤਰ ਪਿਆ ਨੇ ਭੈਣ ਦਾ, ਇੱਥੇ ਭੂਤ ਭੰਗੜੇ ਪਾਵਾਂਗੇ ਲਾ ਕੇ ਵੱਡਾ ਡੈਕ ਹੈ। ਸੁਭਾਸ ਨੂੰ ਕਿਹਾ ਸਪੀਕਰ ਭੇਜਦੇ ਮੇਰੇ ਤਾਏ ਨੇ ਕਿਹਾ। ਉਹਨੂੰ ਤਾਂ ਚਾਚੀ ਡੀਜੇ ਚੱਲਦਾ ਹੁੰਦਾ ਦੇਖ ਲੈ, ਨਵੇਂ ਨਵੇਂ ਭਜਨ ਚਲਾ ਕੇ ਭੰਗੜੇ ਪੈਂਦੇ ਹੁੰਦੇ ਉਹਨੂੰ ਤਾਂ ਉੱਥੇ। ਚੱਲ ਕੋਈ ਨੀ, ਸਾਰਾ ਕੰਮ ਹੀ ਖਰਾਬ ਕਰਦਾ। ਜੋ ਕੁਛ ਹੋਣਾ ਸੀ ਕੰਜਰ ਬੰਦਾ ਸੜਿਆ ਹੋਇਆ ਬੰਦਾ ਪ੍ਰਧਾਨ। ਕੋਈ ਨੀ, ਕਿਉਂ ਹੁਣ ਤੂੰ ਮਨ ਹੋਲਾ ਕਰਦਾ? ਬਾਬੇ ਨੂੰ ਚਾਚੀ ਕੋਈ ਬੇਈਮਾਨਾ ਨੀ, ਬਾਬੇ ਨੇ ਤਾਂ ਦੋਵੇਂ ਜਵਾਕਾਂ ਦੀ ਤਾਂ ਤੜਾਗੀਆਂ ਭੇਜੀਆਂ ਨੇ ਚਾਂਦੀ ਦੀਆਂ, ਜੱਸੀ ਵਾਸਤੇ ਚਾਂਦੀ ਦੀ ਲੜੀ ਭੇਜੀ ਹੈ, ਵਿੱਚ ਆਪਦੀ ਫੋਟੋ ਲਾ ਕੇ ਦਿੱਤੀ ਹੈ। ਨਹੀਂ ਜਦ ਤੈਨੂੰ ਇਹ ਸਭ ਕੁਛ ਪਤਾ ਆਵੇ ਨਰਾਲੇ ਬਾਬੇ ਦੇ ਦਿਲ ਚ ਕੁਛ ਹੈ ਨੀ, ਤਾਂ ਫਿਰ ਤੂੰ ਕਿਉਂ ਇਦਾਂ ਮਨ ਹੌਲਾ ਕੀਤਾ? ਮੈਂ ਤਾਂ ਡਰ ਗਈ, ਮੈਂ ਕਿਹਾ ਜਵਾਕ ਠੀਕ ਹੋਣ ਹੈ, ਤਿਉਹਾਰ ਦਾ ਦਿਨ ਆ, ਵੀ ਬੱਗੜ ਕਿੱਦਾਂ ਇੱਦਾਂ ਭੁੱਪਾ ਮਾਰ ਕੇ ਰੋਣ ਲੱਗ ਪਿਆ? ਭਾਈ ਮੇਰੇ ਤਾਂ ਹੌਲ ਪੈ ਗਿਆ ਕਾਲ ਦੇ ਚੱਡਾ ਦੀ। ਚੱਲ ਤੂੰ ਮੇਰਾ ਵੀ ਉਹਦਾ ਬੰਦਾ ਪੈਸਾ ਹੁੰਦਾ, ਪੈਸਣ ਲੱਗ ਗਈ ਹੈ, ਪੈਸਣ ਲੱਗ ਗਈ। ਦੇ ਦੇ ਪੈਸੇ, ਨਾ ਆਊਗੀ ਅਗਲੇ ਮਹੀਨੇ। ਕਿੱਥੋਂ ਆਊਗੀ? ਸਰਕਾਰ ਕੋਲੋਂ। ਸਰਕਾਰੀ ਬੰਦਾ ਤਾਂ ਨਾਲ ਕਰੇ ਦੀ ਗਿਰੀ ਭੇਜਿਆ, ਉਹ ਥੋੜੀ ਆਉਂਦੀ ਹੈ, ਮਨਜ਼ੂਰ ਕਰਾਰਤੀ ਬਸ ਆਜੂਗੀ ਅਗਲੇ ਮਹੀਨੇ। ਮੰਨ ਗਏ ਹੁਣ ਸਰਕਾਰ? ਹੋਰ ਮੰਨਣਾ ਸੀ ਯਾਰ, ਤਾਂ ਮਗੀ ਜਾਮਾ 2-4 ਵਾਰੀ ਇਹਦੇ ਨਾਲ ਸਰਕਾਰ ਪੈਸਾ ਲਵਾਉਂਦਾ ਹੈ। 2500 ਰੁਪਇਆ ਆਊਗਾ ਜਿਹੜੇ ਮਹੀਨੇ, ਪਹਿਲੀ ਤਾਂ ਸੁੱਖ ਨਾ ਆਈ ਰਹਿੰਦੀ ਹੈ। ਆਪਣਾ ਗੱਲਬਾਤ ਕਰੀਏ, ਆਇਆ ਬੱਚਰਾ ਬੈਠਾ ਕੱਲ ਭਾਈ ਨੂੰ ਕੀ ਬੱਚਰਾ ਚਾਹ ਬਣਾ ਨਾ? ਉਹ ਕੁਛ ਨਹੀਂ ਹੁੰਦਾ ਇਹਨੂੰ, ਪੰਛੀ ਮੈਂ ਖਵਾਉਂਦਾ ਰਹਿ ਗਿਆ ਚਾਚਾ ਦੇਖ ਲੈ, ਉਹਦੇ ਤੇ ਸਾਨੂੰ ਫੜਿਆ ਖੇਤ ਪੰਛੀ ਬਣਾਉਂਦਿਆਂ ਨੂੰ, ਉਹਦੇ ਕਰ ਕੀ ਕਰਦਾ ਜੀ? ਮਤਲਬ ਸਾਰਾ ਕੁਛ ਮਿਹਨਤ ਦਾ ਰੰਗੋ ਰੰਗ ਪ੍ਰੋਗਰਾਮ ਚੱਲਦਾ ਹੈ।
ਫੌਜੀ ਤੋਂ ਮੰਗਾਈ ਸੀ ਮੈਂ ਤਾਂ ਕੀਤੀ ਸੀ ਆ ਜਾ ਦਾਲ ਦੋ ਖਾਈਏ ਤੇ ਪਹਿਲਾਂ ਅੱਜ ਦਾ ਆਪਾਂ ਪ੍ਰੋਗਰਾਮ ਬਣਾ ਲਵੇ ਮੁਰਗੇ ਮਰਗੇ ਦਾ ਕੀ ਹੋ ਗਿਆ ਹੈ ਕੀ ਹੋ ਗਿਆ ਬਈ ਚਾਚਾ ਵਾਲੀ ਵਾਲੀ ਕਰਦੀ ਮੇਰੇ ਨਾਲ ਤਾਂ ਕੁਛ ਨਹੀਂ ਹੁੰਦਾ ਆਪਾਂ ਇਹਨੇ ਖੜਾ ਕੇ ਚਾਚਾ ਤੇਰੇ ਜਦੋਂ ਮੈਨੂੰ ਨਿਰਾਲਾ ਬਾਬਾ ਜੀ ਦਾ ਭੈਣ ਦੀ ਤੇਰੀ ਦੀ ਹਟਦਾ ਨੀ ਹੈਗਾ ਮੇਰਾ ਵੀ ਨਸ਼ਾ ਲਾਤਾ ਮੇਰੇ ਸਾਲੇ ਨੇ ਲੈਂਦਾ ਕਹਿੰਦਾ ਜੱਫੀ ਪਾ ਲੈਂਦਾ ਲੈਂਦਾ ਜੱਫੀ ਪਾ ਲੈਂਦਾ ਭਾਈ ਇਥੋਂ ਸਰਦੀ ਕਤੀੜ ਲਾ 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 ਲਾ